ਮੇਰਾ ਤੇ ਦਬਕਾ ਹੀ ਨੀ ਮਾਣ ਹੈ, ਪਰ ਇੱਕ ਗੱਲ ਮੈਂ ਤੈਨੂੰ ਦੱਸਾਂ, ਤੂੰ ਬੜੀ ਸ਼ਾਨ ਜਨਾਨੀ ਹੈ, ਤੈਨੂੰ ਸਾਰਾ ਕੁਛ ਪਤਾ ਸੀ, ਸਾਰਾ ਕੁਛ, ਤੇ ਤੇਰੇ ਘਰ ਵਾਲੇ ਨੂੰ ਨਾ ਸਾਰਾ ਕੁਛ ਦਿਖਾਇਆ, ਫੋਟੋਆਂ ਰਿਕਾਰਡਿੰਗਾਂ ਆਈਆਂ। ਆ ਤੁਸੀਂ ਵੀਡੀਓਜ਼ ਅਤੇ ਕਾਲ ਰਿਕਾਰਡਿੰਗ ਤਾਂ ਸੁਣ ਹੀ ਲਈ। ਇਸ ਵੀਡੀਓ ਦੇ ਵਿੱਚ ਇੱਕ ਮੁਲਜ਼ਮ ਜੇਲ੍ਹ ਅੰਦਰ ਬੈਠਾ ਬਾਹਰ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਹੈ। ਕੁੜੀ ਦੇ ਮਾਪਿਆਂ ਨੂੰ ਜੇਲ੍ਹ ਅੰਦਰੋਂ ਬੈਠ ਵੀਡੀਓ ਭੇਜ ਕੇ ਧਮਕੀਆਂ ਦੇ ਰਿਹਾ ਹੈ। ਦਰਅਸਲ ਪਰਿਵਾਰ ਨੂੰ ਜੇਲ੍ਹ ਅੰਦਰ ਬੈਠੇ ਇੱਕ ਮੁਲਜ਼ਮ ਦੀਆਂ ਧਮਕੀਆਂ ਆ ਰਹੀਆਂ ਨੇ, ਕਿਉਂਕਿ ਇਸ ਪਰਿਵਾਰ ਦੇ ਵੱਲੋਂ ਉਸ ਮੁਲਜ਼ਮ ਦੇ ਨਾਲ ਆਪਣੀ ਕੁੜੀ ਦਾ ਰਿਸ਼ਤਾ ਜੋੜਿਆ ਗਿਆ ਸੀ। ਤੁਹਾਨੂੰ ਦੱਸਦੇ ਹਾਂ ਕਿ ਕੁਝ ਦਿਨ ਪਹਿਲਾਂ ਇਸ ਕੁੜੀ ਦਾ ਜੇਲ੍ਹ ਅੰਦਰ ਬੰਦ ਇੱਕ ਸ਼ਖਸ ਦੇ ਨਾਲ ਰਿਸ਼ਤਾ ਤੈਅ ਹੁੰਦਾ ਹੈ, ਤਾਂ ਉਹ ਸ਼ਖਸ ਲੁੱਟਕੋ ਕਰਦਾ ਹੋਇਆ ਫੜਿਆ ਜਾਂਦਾ ਹੈ, ਜਿਸ ਤੋਂ ਬਾਅਦ ਉਸਨੂੰ ਜੇਲ੍ਹ ਹੋ ਜਾਂਦੀ ਹੈ। ਇਹ ਸੁਣ ਕੇ ਕੁੜੀ ਦੇ ਪਰਿਵਾਰ ਵਾਲੇ ਆਪਣੀ ਇੱਜ਼ਤ ਬਚਾਉਣ ਦੇ ਲਈ ਅਤੇ ਕੁੜੀ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੰਦੀ ਹੈ, ਤੇ ਅੰਦਰ ਬੈਠੇ ਮੁਲਜ਼ਮ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਹੈ, ਤਾਂ ਮੁਲਜ਼ਮ ਅੰਦਰੋਂ ਵੀਡੀਓ ਭੇਜ ਕੇ ਇਹਨਾਂ ਕੁੜੀ ਵਾਲਿਆਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਤਾਂ ਮਾਮਲਾ ਅੰਮ੍ਰਿਤਸਰ ਦੇ ਜਹਾਜਗੜ੍ਹ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਲੁਧਿਆਣਾ 'ਚ ਬੈਠਾ ਇੱਕ ਸ਼ਖਸ ਜੋ ਕਿ ਮੁਲਜ਼ਮ ਹੈ, ਇੱਕ ਲੁੱਟਖੋ ਦੀ ਵਾਰਦਾਤ ਦੇ ਵਿੱਚ ਫੜਿਆ ਗਿਆ, ਜਿਸ ਤੋਂ ਬਾਅਦ ਉਸਨੂੰ ਜੇਲ੍ਹ ਹੋ ਗਈ। ਕੁੜੀ ਵਾਲਿਆਂ ਨੇ ਰਿਸ਼ਤਾ ਤੋੜਤਾ, ਤਾਂ ਅੰਦਰ ਬੈਠਾ ਧਮਕੀਆਂ ਭੇਜ ਰਿਹਾ ਹੈ। ਅੰਦਰ ਬੈਠਾ ਦੇਖੋ ਕਿਵੇਂ ਸੂਟੇ ਫੂਕ ਫੂਕ ਕੇ ਕੁੜੀ ਵਾਲਿਆਂ ਨੂੰ ਦਹਿਸ਼ਤ ਦੇ ਵਿੱਚ ਲਿਆਉਣ ਦੇ ਲਈ ਇਹ ਵੀਡੀਓਜ਼ ਬਣਾ ਬਣਾ ਕੇ ਭੇਜ ਰਿਹਾ ਹੈ। ਤਾਂ ਮੁੰਡੇ ਦਾ ਨਾਮ ਤੇ ਅੰਦਰ ਬੈਠਾ ਬੈਠਾ ਇਹ ਮੁਲਜ਼ਮ ਕੁੜੀ ਵਾਲਿਆਂ ਦੇ ਘਰ ਤੇ ਹਮਲਾ ਵੀ ਕਰਵਾ ਦਿੰਦਾ ਹੈ। ਤਾਂ ਵੱਡੀ ਖਬਰ ਹੈ, ਦੇਖ ਸਕਦੇ ਹੋ ਕਿ ਲੁਧਿਆਣਾ ਪ੍ਰਸ਼ਾਸਨ, ਜੇਲ੍ਹ ਪ੍ਰਸ਼ਾਸਨ ਹੈ ਜਿਹੜਾ, ਉਸ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਮੁਲਜ਼ਮ ਅੰਦਰ ਬੈਠੇ ਫੋਨ ਕਿਵੇਂ ਚਲਾ ਰਹੇ ਨੇ, ਸੂਟੇ ਕਿਵੇਂ ਪੀ ਰਹੇ ਨੇ, ਇਹਨਾਂ ਨੂੰ ਇਹ ਸਭ ਚੀਜ਼ਾਂ ਮਿਲ ਕਿੱਥੋਂ ਰਹੀਆਂ ਨੇ। ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਲੁਧਿਆਣਾ ਜੇਲ੍ਹ ਪ੍ਰਸ਼ਾਸਨ ਤੇ, ਕਿਉਂਕਿ ਲਗਾਤਾਰ ਇਹ ਨੌਜਵਾਨ ਕੈਦੀ ਹੈ ਜਿਹੜਾ, ਇਹ ਕੁੜੀ ਵਾਲਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ। ਅਲੱਗ ਅਲੱਗ ਨੰਬਰਾਂ ਤੋਂ ਕਾਲ ਆਉਂਦੀ ਹੈ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੰਦਰ ਬੈਠੇ ਕੈਦੀ ਦੇ ਕੋਲ ਵੱਖ ਵੱਖ ਨੰਬਰ ਨੇ। ਜੇ ਛੋਟੇ ਮੋਟੇ ਕੈਦੀ ਅੰਦਰ ਬੈਠੇ ਫੋਨ ਚਲਾ ਸਕਦੇ ਨੇ, ਤਾਂ ਗੈਂਗਸਟਰਾਂ ਦਾ ਤਾਂ ਹਾਲ ਹੀ ਨਾ ਪੁੱਛੋ, ਅੰਦਰ ਬੈਠੇ ਕੀ ਕੁਝ ਕਰਦੇ ਹੋਣਗੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਜਹਾਜਗੜ੍ਹ ਦੀਆਂ, ਜਿੱਥੇ ਇੱਕ ਪਰਿਵਾਰ ਤੇ ਉਹਨਾਂ ਦੇ ਹੋਣ ਵਾਲੇ ਦਬਾਂਦ ਨੇ ਹਮਲਾ ਕਰਵਾਇਆ ਹੈ। ਹਾਲਾਂਕਿ ਉਸ ਸ਼ਖਸ ਦੇ ਨਾਲ ਇਹਨਾਂ ਨੇ ਕੁੜੀ ਦਾ ਆਪਣਾ ਰਿਸ਼ਤਾ ਤੈਅ ਕੀਤਾ ਸੀ, ਉਸ ਨੂੰ ਜੇਲ੍ਹ ਹੋ ਗਈ, ਇਹਨਾਂ ਨੇ ਰਿਸ਼ਤਾ ਤੋੜਤਾ, ਜਿਸ ਤੋਂ ਬਾਅਦ ਉਹ ਹੁਣ ਹਮਲੇ ਕਰਵਾ ਰਿਹਾ ਹੈ। ਧਮਕੀਆਂ ਆ ਰਹੀਆਂ ਨੇ ਵੱਖ ਵੱਖ ਨੰਬਰਾਂ ਤੋਂ, ਵੀਡੀਓਜ਼ ਪਾ ਰਿਹਾ ਹੈ, ਇਹਨਾਂ ਨੂੰ ਦਿਖਾ ਰਿਹਾ ਹੈ ਕਿ ਉਸਦਾ ਕਿੱਡਾ ਦਬਦਬਾ ਹੈ, ਉਹ ਵੀ ਲੁਧਿਆਣਾ ਜੇਲ੍ਹ ਦੇ ਅੰਦਰ। ਤਾਂ ਲੁਧਿਆਣਾ ਜੇਲ੍ਹ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਆਓ, ਕੁੜੀ ਵਾਲਿਆਂ ਦਾ ਕੀ ਕਹਿਣਾ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਤੇ ਹਮਲਾ ਹੋਇਆ ਅਤੇ ਕੌਣ ਹੈ ਉਹ ਸ਼ਖਸ ਜਿਹੜਾ ਉਹਨਾਂ ਨੂੰ ਧਮਕੀਆਂ ਦੇ ਰਿਹਾ ਹੈ। ਇਹ ਜੋ ਕਰਵਾਉਂਦਾ ਪਿਆ ਵਾ, ਅਭੀ ਕਰਵਾਉਂਦਾ ਪਿਆ ਬੁੱਢਾ, ਇਹ ਜੇਲ੍ਹ 'ਚ ਬੈਠਾ ਮੁੰਡੇ ਸਾਡੇ ਘਰ ਭੇਜਦਾ, ਮੈਨੂੰ ਰਿਕਾਰਡਿੰਗਾਂ ਪਾਉਂਦਾ ਵਾ ਫੋਨ ਕਰ ਕਰਕੇ, ਮੈਨੂੰ ਕਹਿੰਦਾ ਵਾ ਫੋਨ ਕਰਕੇ ਭੇਜਦਾ ਸਾਡੇ ਘਰ, ਕਹਿੰਦਾ ਹੁਣੇ ਤੁਹਾਡੇ ਘਰ 5 ਮਿੰਟ 'ਚ ਬੰਦੇ ਆਉਣਗੇ। ਤੇ ਸਹੀ ਗੱਲ ਆ ਕਿ ਇਹਦੇ ਫੋਨ ਤੇ ਇੱਕ ਤੇ 5 ਮਿੰਟ 'ਚ ਬੰਦੇ ਵੀ ਆਉਂਦੇ ਸਾਡੇ ਘਰ, ਉਹ ਹਮਲਾ ਕਰਕੇ ਜਾਂਦੇ ਨੇ, ਉਹ ਸਾਡੇ ਮਤਲਬ ਕਿ ਸੱਟਾਂ ਪਿੱਟਾਂ ਲਾਉਣ ਤੱਕ ਜਾਂਦੇ ਨੇ। ਇਹਨੇ ਮੈਨੂੰ ਕਿਹਾ ਤੁਹਾਡਾ ਮੁੰਡਾ ਮਰਵਾ ਦੇਣਾ ਵਾ, ਸਾਨੂੰ ਇਹਦੇ ਕੋਲ ਖਤਰਾ ਹੈਗਾ, ਜਿਹੜਾ ਜੇਲ੍ਹ 'ਚ ਬੈਠਾ ਇੰਨਾ ਕੁਛ ਕਰਵਾ ਸਕਦਾ ਵਾ, ਉਹ ਕੁਛ ਵੀ ਕਰ ਸਕਦਾ ਸਾਡੇ ਤੇ, ਕੱਲ ਨੂੰ ਉਹ ਬਾਹਰ ਆ ਗਿਆ ਤੇ ਸਾਡੇ ਤੇ ਕੀ ਕਰ ਦੇਗਾ। ਜਿਹੜਾ ਅੰਦਰ ਬੈਠੇ ਦੀ ਇੰਨੀ ਚੱਲਦੀ ਪਈ ਆ, ਵੀਡੀਓ ਤੱਕ ਬਣਾਉਂਦਾ ਵਾ, ਫੋਨ ਇਹਦੇ ਪਤਾ ਨੀ ਕਿੰਨੇ ਨੰਬਰ ਹੀ ਬਲੌਕ ਕਰ ਚੁੱਕੇ ਆ, ਇਹਦੇ ਨੰਬਰ ਇੰਨੇ ਚੱਲਦੇ ਪਏ, ਕਿੱਥੋਂ ਇਹਦੇ ਕੋਲ ਇੰਨੇ ਨੰਬਰ ਆਉਂਦੇ ਪਏ ਅੰਦਰ ਬੈਠੇ ਤੋਂ। ਕੀ ਮੰਗ ਕੀ ਕਰਦੇ? ਸਾਡੀ ਮੰਗ ਇਹੀ ਆ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ, ਸਾਡੇ ਤੇ
ਗਾਂ ਤੋਂ ਇਹ ਕੋਈ ਐਕਸ਼ਨ ਨਾ ਇੱਦਾਂ ਦਾ ਕਰ ਸਕੀ। ਜੋ ਵੀ ਹੈ ਮੁੰਡੇ ਪਵਾਉਂਦਾ ਵਾ ਸਾਡੇ ਘਰ, ਪਤਾ ਕੀਤਾ ਜਾਵੇ ਕਿਹੜੇ ਮੁੰਡੇ ਸਾਡੇ ਘਰ ਆਉਂਦੇ ਨੇ, ਮੂੰਹ ਬੰਨ ਕੇ ਆਉਂਦੇ ਨੇ, ਇਹਨੂੰ ਪਤਾ ਇਹਦੇ ਕੋਲ ਪੁੱਛ ਪੜਤਾਲ ਕੀਤੀ ਜਾਵੇ ਕਿ ਕਿਹੜੇ ਮੁੰਡੇ ਭੇਜਦਾ ਸਾਡੇ ਘਰ ਬਾਰ ਬਾਰ। ਪੂਰੀ ਕਾਰਵਾਈ ਜਰ ਤੱਕ ਜਾਣਾ ਚਾਹੀਦਾ ਵੇ ਜੀ, ਕਿ ਅੰਦਰ ਬੈਠੇ ਦੀ ਇੰਨੀ ਕਿੱਥੇ ਚੱਲਦੀ ਪਈ ਜੀ, ਕਿੱਥੋਂ ਇੰਨੇ ਨੰਬਰ ਇਹਦੇ ਕੋਲ ਚੱਲਦੇ ਪਏ ਨੇ, ਕਿੰਨੇ ਨੰਬਰ ਇਹਦੇ ਬਲੋਕ ਮਾਰ ਚੁੱਕੇ ਆ, ਜੇਲ੍ਹ ਚ ਬੈਠਾ ਨੀ ਸਾਨੂੰ ਜੀਣ ਦਿੰਦਾ ਪਿਆ ਤੇ ਇੱਥੇ ਕੀ ਸਾਨੂੰ ਜੀਣ ਦੇਗਾ ਬਾਹਰ ਆ। ਅਭੀ ਬੁੱਢਾ ਜਿਹੜਾ ਇਸ ਟਾਈਮ ਜੇਲ੍ਹ ਚ ਆ ਲੁਧਿਆਣੇ ਜੇਲ੍ਹ ਦੇ ਵਿੱਚ, ਠੀਕ ਹੈ ਜੀ, ਅਸੀਂ ਉਹਦੇ ਨਾਲ ਕੀਤਾ ਸੀ ਆਪਣੀ ਕੁੜੀ ਦਾ ਰਿਸ਼ਤਾ, ਠੀਕ ਹੈ ਜੀ, ਐਚ ਏ ਅਸੀਂ ਕਿਹਾ ਸੀ ਚੱਲ ਉਹ ਵੀ ਕਹਿੰਦਾ ਕਿ ਮੈਂ ਸੁਧਰ ਜੂੰਗਾ, ਇਹਦੇ ਪਰਿਵਾਰ ਵੀ ਕਹਿੰਦਾ ਕਿ ਇਹ ਸੁਧਰ ਜੇਗਾ, ਪਰ ਇਹਨੇ ਸੁਧਰਿਆ ਨਹੀਂ। ਫਿਰ ਬਾਅਦ 'ਚ ਇਹਨੇ ਬਟਾਲਾ ਸੁਨਿਆਰੀ ਦੀ ਦੁਕਾਨ ਦੇ ਵਿੱਚ ਇਹਨਾਂ ਗੋਲੀਆਂ ਗੁਲੀਆਂ ਚਲਾਈਆਂ, ਖੁੱਟ ਲੁੱਟ ਵਾਰ ਕੀਤੀ ਇਹਨਾਂ ਨੇ, 2 ਸਾਲ ਹੋ ਗਏ ਅੰਦਰ ਹੀ ਹੈ, ਠੀਕ ਹੈ ਜੀ। ਹੁਣ ਮੇਰੀ ਕੁੜੀ ਕਹਿੰਦੀ ਹੈ ਕਿ ਮਲ ਕਿ ਆਪਾਂ ਰਿਸ਼ਤਾ ਨਹੀਂ ਕਰਨਾ, ਕਿ ਇਹਦੀ ਉਮਰ ਹੀ ਸਾਰੀ ਜੇਲ੍ਹਾਂ ਜੋਗੀ ਆ ਅਤੇ ਮੈਂ ਧੱਕਿਆ ਜੋਗਾ ਨਹੀਂ ਰਹਿਣਾ, ਇਸ ਕਰਕੇ ਮੇਰੀ ਕੁੜੀ ਹੁਣ ਬਾਹਰ ਚੱਲ ਗਈ ਹੈ। ਮੇਰੀ ਕੁੜੀ ਮਲ ਕਿ ਇਹਨਾਂ ਨਹੀਂ ਸਹਿਮਤ ਹੈਗੀ। ਬੱਚੇ ਦੇ ਲੱਗ ਜਾਂਦਾ ਕਿਸੇ ਦੇ ਲੱਗ ਜਾਂਦਾ ਕੌਣ ਜ਼ਿੰਮੇਵਾਰ ਸੀ। ਹੁਣ ਕੀ ਮੰਗ ਕਰਦੇ ਹੋ? ਮੰਗ ਇਹੀ ਆਹੀ ਕਹਿੰਦੇ ਆ ਕਿ ਇਹ ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਜਿਹੜੇ ਵੱਖ ਵੱਖ ਨੰਬਰਾਂ ਤੋਂ ਫੋਨ ਕਰਦਾ ਆ ਉਹਨਾਂ ਤੇ ਵੀ ਪੂਰੀ ਜਾਂਚ ਪੜਤਾਲ ਕੀਤੀ ਜਾਏ। ਜਿਹੜੀ ਆ ਵੀਡੀਓ ਬਣਾ ਰਿਹਾ ਆ ਨਸ਼ੇ ਕਰਦਿਆਂ ਦੀਆਂ, ਆਈਡੀਆਂ ਚੱਲਣ ਦੀਆਂ ਇਹਦੀਆਂ, ਇਹ ਕਿੱਥੋਂ ਹੋ ਰਹੀਆਂ ਆ? ਜੇਲ੍ਹ ਦੇ ਵਿੱਚ ਬੈਠਾ ਸਭ ਕੁਛ ਕਰੀ ਜਾਂਦਾ। ਹੁਣ ਪੁਲਿਸ ਨੂੰ ਕੰਪਲੇਂਟ ਦਿੱਤੀ, ਕੀ ਕਹਿੰਦੇ? ਹਾਂਜੀ, ਪੁਲਿਸ ਵਾਲਿਆਂ ਨੇ ਕੰਪਲੇਂਟ ਕੀਤੀ ਆ ਜੀ, ਉਹਨਾਂ ਨੇ 2 ਮੁਲਾਜ਼ਮ ਵੀ ਕੀਤੇ, ਜਾਂਚ ਪੜਤਾਲ ਕਰਨ ਦੇ ਆ, ਹੁਣ ਮੁਲਾਜ਼ਮ ਵੀ 2 ਉਹਨਾਂ ਨੇ ਭੇਜੇ ਆ, ਠੀਕ ਹੈ ਜੀ, ਇੱਦਾਂ ਦੀ ਗੱਲ ਨਹੀਂ, ਪੁਲਿਸ ਵੀ ਨਾਲ ਹੈ ਸਾਡੀ, ਠੀਕ। ਸਾਨੂੰ ਇਨਸਾਫ਼ ਦਿੱਤਾ ਜਾਵੇ, ਇਹ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਕਿ ਜੇਲ੍ਹ ਦੇ ਅੰਦਰ ਹੀ ਨਸ਼ਾ ਕਰ ਰਿਹਾ, ਜੇਲ੍ਹ ਦੇ ਅੰਦਰ ਹੀ ਚਿੱਟਾ ਵੇਚਣ ਦਾ ਸਾਰਾ ਨਸ਼ਾ ਪੱਤਾ ਸਭ ਕੁਛ ਕਰ ਰਿਹਾ ਹੁੰਦਾ। ਸਾਨੂੰ ਹੁਕਮ ਆਇਆ ਜੀ ਰਾਤ ਕੋਈ ਇਹਨਾਂ ਦੇ ਏਕਤਾ ਨਗਰ ਦੇ ਵਿੱਚ ਵਾਰਦਾਤ ਹੋਈ ਆ, ਕੋਈ ਇੱਟਾਂ ਰੋੜੇ ਚੱਲੇ ਆ, ਅਣਪਛਾਤੇ ਵਿਅਕਤੀ ਜਿਹੜੇ ਆ ਮਾਰ ਕੇ ਗਏ ਆ, ਅਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਸਾਡੀ ਡਿਊਟੀ ਬਲਾਤਰ ਅਫਸਰਾਂ ਨੂੰ ਲਾਈ ਗਈ ਹੈ, ਅਤੇ ਮੇਰੇ ਨਾਲ ਸੁਖਜਿੰਦਰ ਸਿੰਘ ਕਾਂਸਟੇਬਲ ਹੈ, ਅਸੀਂ ਇੱਥੇ ਆਏ ਜੀ। ਹੁਣ ਮੌਕੇ ਦਾ ਵੈਰੀਫਾਈ ਕਰ ਰਹੇ ਹਾਂ, ਇਹ ਦੱਸ ਰਿਹਾ ਵੀ ਸਾਨੂੰ ਆ ਸਾਡੇ ਜਿਹੜੇ ਗੇਟ ਨੂੰ ਦਾਤਰ ਮਾਰੇ ਇੱਟਾਂ ਰੋੜੇ ਮਾਰੇ ਆ, ਉਹਦੇ ਸੰਬੰਧ ਦੇ ਵਿੱਚ ਜਿਹੜਾ ਹੈ ਜੋ ਵੀ ਮਹਿਕਮੇ ਦੀ ਕਾਰਵਾਈ ਅਸੀਂ ਕੀਤੀ ਜਾਵੇਗੀ ਜੀ। ਜਿਹੜੀਆਂ ਇਹਨਾਂ ਨੂੰ ਧਮਕੀਆਂ ਆ ਰਹੀਆਂ ਜੇ ਅਭੀ ਬੁੱਢੇ ਵੱਲੋਂ ਜੇਲ੍ਹ ਦੇ ਅੰਦਰੋਂ ਬੈਠਾ ਜੋ ਕੰਮ ਕਰਵਾਉਂਦੇ ਆ ਵਾ, ਉਹਦੇ 'ਤੇ ਕੀ ਕਾਰਵਾਈ ਕੀਤੀ ਜਾਵੇਗੀ? ਉਹ ਵੇਖੋ ਜੀ, ਇਹ ਦੱਸ ਰਹੇ ਆ ਵੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਅਤੇ ਸਾਡੇ ਕੋਲ ਆਡੀਓ ਵੀ ਹੈਗੀਆਂ ਨੇ, ਉਹਦੇ ਹਿਸਾਬ ਦੇ ਨਾਲ ਜੋ ਵੀ ਕਾਰਵਾਈ ਕਰਦੀ ਬਣਦੀ ਹੋਗੀ ਸਾਡੇ ਮਹਿਕਮੇ ਵੱਲੋਂ, ਇਹ ਆਪਣੇ ਸਾਰੇ ਐਵੀਡੈਂਸ ਜਿਹੜੀਆਂ ਜਿਹੜਾ ਵੀ ਹੈਗਾ ਇਹਨਾਂ ਕੋਲ ਪ੍ਰੂਫ ਇਹ ਰੱਖਣ, ਅਤੇ ਉਹਦੇ ਸੰਬੰਧ ਵਿੱਚ ਜਿਹੜੀ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾਵੇ।